खिलाफ एक मुकदमा मानसा दर्ज करके उन्होंने सिट दिता जाता है। एक मुकदमा ताड़े पिंड दर्ज होता ਬਿਆਨਤ ਕੌਰ ਨਾਂ ਦੀ ਔਰਤ ਹੈ ਵਿਆਹ ਕੇ ਵੀ ਨਹੀਂ ਸ਼ਾਇਦ ਆਈ ਵਿਆਹ ਕੇ ਤਾਂ ਨਹੀਂ ਆਈ ਨਹੀਂ ਆਈ ਨਹੀਂ ਬਈ ਨਹੀਂ ਉਹੀ ਰਹਿ ਰਹੀ ਹੈ 18-19 ਵਿਆਹ ਬਈ ਉਹਦੇ ਹਾਂ 18-19 ਥਾਂ ਕਨੇ ਇਦੂ ਪਹਿਲਾਂ ਜਾ ਚੁੱਕੀ ਹੈ 19ਵੇਂ ਥਾਂ 20ਵੇਂ ਥਾਂ ਤੁਹਾਡੇ ਪਿੰਡ ਆਈ ਹੈ ਦੇਖੋ ਇਹ ਪੁਲਿਸ ਆ ਜਿਹੜੀ ਇਹ ਕਿਵੇਂ ਕਹਾਣੀਆਂ ਕਰਦੀ ਹੈ ਸ਼ਰਾਰਤ ਦੇਖੋ ਕੀ ਕੀਤੀ ਗਈ ਹੈ ਇਹ ਧਾਰਾ 452 354 ਤੇ 355 ਹੈ ਉਹਨੇ ਲਿਖਾਇਆ ਬਿਆਨ ਕਹਿੰਦੀ ਝੋਟਾ ਨਾਲ ਇਸ ਧੁੰਮਣ ਕਲਾ ਪਿੰਡ ਦੇ 10 ਨੌਜਵਾਨ ਹੋਰ ਐ ਮੇਰੇ ਆ ਕੇ ਘਰੇ ਮੇਰੀ ਕੁੱਟਮਾਰ ਕੀਤੀ ਨਾਲ ਹਥਿਆਰ ਲੈ ਕੇ ਆਏ ਇਹਨਾਂ ਕੋਲੇ ਗਣਾਸੇ ਸੀ ਟਕੂਏ ਸੀ ਕਿਰਪਾਨਾਂ ਸੀ ਡਾਂਗਾਂ ਸੀ ਨਾਲੇ ਮੇਰੇ ਗੁਪਤੰਗਾਂ ਨੂੰ ਛੇੜਿਆ ਮੇਰੇ ਨਾਲ ਛੇੜਛਾੜ ਕੀਤੀ ਦੇਖੋ ਪੁਲਿਸ ਦੀ ਪੁਲਿਸ ਕਹਾਣੀ ਕਿਵੇਂ ਘੜਦੀ ਐ ਜਾਣੇ ਇੱਕ ਸ਼ਰੇਆਮ ਜਿਹੜੀ ਔਰਤ ਬਿਆਨਤ ਕੌਰ ਜਿਹੜੀ ਸ਼ਰੇਆਮ ਉਹ ਵੀਡੀਓ 'ਚ ਮੰਨਦੀ ਐ ਕਿ ਮੈਂ ਚਿੱਟਾ ਪੀ ਲਿਆ ਬਾਈ ਪਿੱਛੇ ਨਾ ਮੋਦੀ ਬਾਈ ਜੀ मुकदमा दर्ज करके आ मौड़ थाने दे विच इन्होंने मुकदमा दर्ज किया। अज मैं सुन रहा सीगा एडीजीपी परमार वो एक प्रेस कॉन्फ्रेंस कर रहे हैं कि देखो जी किसी को केड़ा हक है कि तुसी किसी दे छतरा दा हार पाए गल च बदनामी करो किसी दी कानून कोई बंदा हाथ नहीं लै सकदा कहिंदे जिहड़ी जनानी है मानदी आई मैं चिट्टा बेचदी हां चिट्टा पीनी भी है उदों कानून किथे हुंदा बई जदों इहनां दी इक बीबी है माणूके वाली एमएलए जगराओं कोठी दा बुलेंदी है उदों कानून किथे हुंदा वो मोगे वाली इन्हों ने एम एल एसी ला के ले जाती है अस्पताल के घर उदो कानून कितने आतों नौड़ा वाला एम एल ए दरोगा कुड़ी बेचारी जिन्हों पहले मजबूर किया गया सरकारी थां सूए के खड़े दरख्त बढ़ने लई उन्हें इनकार करता उन्हें मुकदमा दर्ज कराता झूठा के माइसर खाने के किसी बंदे के घरे डागा लैके कुटन आ गई हुण कोई औरत बेचारी कुड़ी 20-22 साल की 25 साल की डांगा लेके दरोगा कोई सरकारी मुलाजम है किसी घरे कुट जाऊगी ये कानून है ये सरकार दे कानून है जिहड़े एडीजी परमार समझा रहे लोगों नूं कि देखो जी कानून नहीं कोई हाथ ले सकता इत्थे कानून माड़िया लई है इत्थे कानून गरीबां लई है इत्थे मजलूमां लई है धक्केशाही करनी उहदे कानून है तकड़ियां लई कोई कानून नहीं जिहड़ा इंसान जिहड़ा नौजवान अपनी जवानी नूं बचाउण दी गल करू अपनी होंद नूं बचाउण दी गल करू ਉਹ ਐਨਐਸਏ ਲਾ ਕੇ ਉਹ ਡਿਬਰੂਗੜ੍ਹ ਸੱਟਿਆ ਜਾਊਗਾ ਸਿੱਟੇ ਕਿ ਨਹੀਂ ਸਿੱਟੇ ਆਪਾਂ ਉਦੋਂ ਵੀ ਚੁੱਪ ਰਹੇ ਇਹ ਸਾਨੂੰ ਮਾਰ ਇੱਥੇ ਪੈਂਦੀ ਹੈ ਆਪਾਂ ਚੁੱਪ ਕਰਕੇ ਘਰਾਂ 'ਚ ਵੜ ਗਏ ਵੀ ਅਸੀਂ ਕੀ ਲੈਣਾ ਹੈ ਉਹਨਾਂ ਦੇ ਖਿਲਾਫ਼ ਵੀ ਪਹਿਲਾਂ ਇਸੇ ਸਰਕਾਰਾਂ ਨੇ ਇਸੇ ਪ੍ਰਸ਼ਾਸਨ ਨੇ ਇਸੇ ਕੋਲੀਜੀਏਟ ਮੀਡੀਆ ਨੇ ਉਹਨਾਂ ਦੇ ਖਿਲਾਫ਼ ਇੱਕ ਮਾਹੌਲ ਸਿਰਜਿਆ ਇੱਕ ਵਰਤਾਂਤ ਸਿਰਜਿਆ ਕਿ ਦੇਖੋ ਇਹਦਾ ਮਾਲੇ ਨੇ ਇਹ ਬਰਾਸਾ ਦੀ ਬੇਅਦਬੀ ਕਰਦੇ ਆ ਇਹ ਥਾਣੇ 'ਚ ਵੜ ਗਏ ਇਹਨਾਂ ਨੇ ਹਮਲਾ ਕਰਤਾ ਇਹ ਨੌਜਵਾਨਾਂ ਨੂੰ ਮਰਵਾ ਦੇਣਗੇ ਇਹ ਹਥਿਆਰਾਂ ਦੀ ਗੱਲ ਕਰਦੇ ਆ ਜਦੋਂ ਲੱਗਿਆ ਵੀ ਲੋਕ ਅੱਧੋ ਅੱਧ ਹੋ ਗਏ ਨਾਲ ਦੀ ਨਾਲ ਚੱਕ ਕੇ ਨਸੇ ਲਾ ਕੇ ਉਹ ਚੱਕ ਕੇ ਸਿੱਟਦੇ ਇਹੀ ਮਾਹੌਲ ਝੋਟੇ ਦੇ ਖਿਲਾਫ਼ ਸਿਰਜ ਰਹੇ ਆ ਇਹੀ ਮਾਹੌਲ ਹਰ ਉਸ ਨੌਜਵਾਨ ਦੇ ਖਿਲਾਫ਼ ਹਰ ਉਸ ਇਨਸਾਨ ਦੇ ਖਿਲਾਫ਼ ਸਿਰਜਿਆ ਜਾਊਗਾ ਜਿਹੜਾ ਇਨਸਾਨ ਪੰਜਾਬ ਪੰਜਾਬੀ ਦੀ ਗੱਲ ਕਰੂਗਾ ਸਾਡੀਆਂ ਨਸਲਾਂ ਫਸਲਾਂ ਧਰਤੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੂਗਾ ਹੁਣ ਇਹੀ ਮਾਹੌਲ ਜਿਹੜਾ ਸਿਰਜ ਰਹੇ ਆ ਝੋਟੇ ਦੇ ਖਿਲਾਫ਼ ਕਿ ਦੇਖੋ ਹੀ ਝੋਟਾ ਵਾ ਗਿਆ ਛਤਰਾਂ ਦਾ ਹਾਰ ਕਿਉਂ ਪਾਇਆ ਨੇ ਕਮਾਲ ਆ ਯਾਰ ਜਿਹੜਾ ਬੰਦਾ ਚਾਹੇ ਉਹ ਮਾਨਸਾ ਵਾਲਾ ਹੋਵੇ ਉਹ ਮੈਡੀਕਲ ਵਾਲਾ ਚਾਹੇ ਆ ਸੋਡੇ ਪਿੰਡ ਵਾਲੇ ਹੋਣ ਜਿੰਨਿਆਂ ਦੇ ਨਸ਼ਾ ਦੀ ਬਦੌਲਤ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਮਾ ਦੇ ਪੁੱਤ ਮਰ ਗਏ ਕਿੰਨੇ ਕਰਾਂ ਸੱਤਰ ਮਿਛ ਗਏ ਉਹ ਦੇਖਦੇ ਨਹੀਂ ਉਹ ਜਿਹਦਾ ਜਹਾਨੋਂ ਚਲੇ ਗਿਆ ਜਿਹਦੀ ਕੋਖੀ ਉੱਜੜ ਗਈ ਜਿਹਦਾ ਸੁਹਾਗ ਹੀ ਉੱਜੜ ਗਿਆ ਜਿਹੜੀ ਭੈਣ ਦਾ ਨੌਜਵਾਨ ਭਰਾ ਮਰ ਗਿਆ ਉਹ ਨਹੀਂ ਦੇਖਦੇ ਦੇਖਦਾ ਇੱਕ ਸਮਗਲਰ ਆ ਕਹਿੰਦੇ ਸਮਗਲਰਾਂ ਦੀ ਬੇਇੱਜ਼ਤੀ ਹੋ ਗਈ ਆ ਹੱਥ ਹੋਈ ਪਈ ਆ ਯਾਰ ਚਲੋ ਮੰਨ ਲਿਆ ਕਿ ਤੁਹਾਨੂੰ ਲੱਗਦਾ ਕਿ ਇੱਕ ਬੰਦੇ ਨੂੰ
ਗੱਲ ਦੇ ਛਤਰਾਂ ਦਾ ਹਾਰ ਪਾ ਕੇ ਨਹੀਂ ਘਮਾਉਣਾ ਚਾਹੀਦਾ ਸੀ ਜੋ ਬਣਦੀ ਆ ਕਾਰਵਾਈ ਕਰ ਦਿਓ ਬਾਈ ਆਹ ਕਿਹੜਾ ਕਾਨੂੰਨ ਆ ਯਾਰ ਲੱਭ ਕੇ ਪੁਲਿਸ ਨੇ ਇਹਨੂੰ ਘਰੋਂ ਲਈ ਹੂ ਇਹ ਆਪ ਨਹੀਂ ਇਹ ਬੰਤ ਕੌਰ ਨੇ ਜਾ ਕੇ ਬਿਆਨ ਲਿਖਾਏ ਇਹਨੂੰ ਘਰੋਂ ਜਾ ਕੇ ਪੁਲਿਸ ਨੇ ਆਹ ਬਿਆਨ ਕਿਹਾ ਵੀ ਐ ਲਿਖਾ ਵੀ ਮੇਰੇ ਗੁਪਤੰਗਾਂ ਦੇ ਹੱਥ ਲਾਏ ਆ ਮੇਰੀ ਸਿਰਛਾਰ ਕੀਤੀ ਹੈ ਆਹ ਕਹਾਣੀਆਂ ਕਰਦੀਆਂ ਲਿਆ ਵੀਡੀਓ ਚਲਾ ਆਹ ਅਖੌਤੀ ਆਹ ਇਨਕਲਾਬੀ ਸੁਣਿਓ ਬਹੁਤ ਹੀ ਦਿਲ ਕਮਾਉ ਵੀਡੀਓ ਉਹਨਾਂ ਨੌਜਵਾਨਾਂ ਦੇ ਸਾਹਮਣੇ ਵੀਡੀਓ ਬਾਈ ਜਿਹੜੇ ਮੈਂ ਤਾਂ ਪਛਾਣ ਲਿਆ ਉਹ ਆਹ ਦੇ ਵਿੱਚੋਂ ਇੱਕ ਵੀਡੀਓ ਜਿਹਦੇ ਵਿੱਚ ਇੱਕ ਮਾਂ ਆਪਣੇ ਮਰੇ ਪਏ ਪੁੱਤ ਨੂੰ ਜਿਹੜਾ ਕਿ ਓਵਰਡੋਜ਼ ਨਾਲ ਲੱਗ ਗਿਆ ਕੀ ਨੇ ਪਾਈ ਹੈ ਕੁਝ ਆ ਕੇ ਜਿਹੜਾ ਤੇ ਕਿ ਉਹ ਤੇ ਪੁੱਤ ਨੇ ਹਜੇ ਜਿਹੜਾ ਠੀਕ ਹੈ ਜਿਸ ਨੂੰ ਓਵਰਡੋਜ਼ ਨਾਲ ਲੱਗਿਆ ਉਹ ਵੀ ਮਾਂ ਦੇ ਵਿੱਚ ਹੀ ਲੱਗ ਗਿਆ ਸ਼ਾਇਦ ਜਜ਼ਬਾਤੀ ਬੰਦਾ ਕੋਈ ਵੀ ਉਹ ਸਾਰੀ ਵੀਡੀਓ ਨਹੀਂ ਦੇਖ ਸਕਦਾ ਮਾਂ ਦੇ ਕੀ ਉਹਨੇ ਸੁਣੇ ਨਹੀਂ ਜਾਂਦੇ ਦੂਜੀ ਵੀਡੀਓ ਦੇ ਵਿੱਚ ਇੱਕ ਓਵਰਡੋਜ਼ ਨਾਲ ਮਰੇ ਪਏ ਬਾਪ ਦੇ ਨਾਲ 5-6 ਸਾਲ ਦਾ ਬੱਚਾ ਜਫਰੀ ਭਾਈ ਕਹਿ ਰਿਹਾ ਕਿ ਉਹਨੂੰ ਕਹਿ ਰਿਹਾ ਉੱਥੋਂ ਬਾਪੂ ਜੀ ਮੈਨੂੰ ਸਕੂਲ ਚੱਲ ਗਿਆ ਤੀਜੀ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਜਿਹੜਾ ਕਿ ਫੌਜ ਦੇ ਵਿੱਚ ਸੇਵਾ ਨਿਭਾ ਚੁੱਕਿਆ ਹੈ ਉਹ ਨਸ਼ਿਆਂ ਦੇ ਵਿਰੁੱਧ ਜਿਹੜਾ ਮੁਹਿੰਮ ਚਲਾ ਰਿਹਾ ਸੀ ਉਹ ਸਮਗਲਰਾਂ ਦੇ ਵਿਰੁੱਧ ਬੋਲਦਾ ਸੀ ਤਾਂ ਜਿਹੜੇ ਸਮਗਲਰ ਜਿਨ੍ਹਾਂ ਦਾ ਇਹ ਧੰਦਾ ਚੱਲਦਾ ਹੈ ਉਹਨਾਂ ਨੇ ਉਹਦੀਆਂ ਦੋਵੇਂ ਲੱਤਾਂ ਤੋੜਤੀਆਂ ਉਹਨੇ ਵੀ ਬੜੀ ਜਜ਼ਬਾਤੀ ਅਪੀਲ ਕੀਤੀ ਹੈ ਸਰਕਾਰ ਨੂੰ ਤੇ ਫੌਜੀ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਕਹਿ ਰਿਹਾ ਕਿ ਕੈਪਟਨ ਸਾਹਿਬ ਮੈਂ ਵੀ ਫੌਜੀ ਰਿਹਾ ਮੇਰਾ ਤਾਂ ਇਲਾਜ ਹੋ ਜੂਗਾ ਮੇਰੀਆਂ ਲੱਤਾਂ ਤਾਂ ਠੀਕ ਹੋ ਜਾਣਗੀਆਂ ਪਰ ਜਿਹੜੇ ਨੌਜਵਾਨ ਮਰ ਗਏ ਤੁਸੀਂ ਉਹਨਾਂ ਨੂੰ ਕਿਵੇਂ ਬਚਾਓਗੇ ਜਦਕਿ ਤੁਸੀਂ ਗੁਟਕਾ ਸਾਹਿਬ ਦੀ ਸੋਹ ਲੱਗੇ ਹੋਏ ਸੀ ਦੋਸਤੋ ਹੁਣ ਸਬਰ ਦੇ ਪਿਆਲੇ ਭਰ ਚੁੱਕੇ ਨੇ ਕਿੰਨਾ ਚਿਰ ਅਸੀਂ ਆਪਣੇ ਪੁੱਤਾਂ ਨੂੰ ਇਹ ਮਰਦੇ ਦੇਖੀ ਜਾਵਾਂਗੇ ਸਮੇਂ ਸਮੇਂ ਤੇ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀ ਵਿਰੋਧ ਕਰਦੇ ਰਹਿੰਦੇ ਨੇ ਪਰ ਹੁਣ ਇੱਕ ਪਿਛਲੇ ਦਿਨੀ ਨਵਾਂ ਲਾਵੀ ਸੁਣਿਆ ਆਵਾਜ਼ ਪਛਾਣ ਲਈ ਕੌਣ ਦਾ ਸੁਭਲ ਭਗਵੰਤ ਮਾਨ ਨਾ ਕਿਹਾ ਕਰੋ ਇਹ ਜਾਂ ਦਾ ਖੌਤੀ ਇਨਕਲਾਬੀ ਹੈ ਜਾਂ ਇਹ ਡਰਾਮੇਬਾਜ਼ ਹੈ ਜਾਂ ਇਹ ਗਮਰਾਹ ਕਰਦਾ ਹੈ ਇਹ ਉਦੋਂ ਦੀ ਪੀੜ੍ਹੀ ਕੋਲ ਜਦੋਂ ਮੁੱਖ ਮੰਤਰੀ ਬਣਿਆ ਨਹੀਂ ਸੀ ਸੁਣ ਲਿਆ ਇਹਨੂੰ ਅੱਜ ਪੁੱਛਣ ਵਾਲਾ ਹੋਵੇ ਵੀ ਅੱਜ ਤੇਰੀ ਸਰਕਾਰ ਤੇਰੇ MLA ਤੇਰੇ ਮੰਤਰੀ ਤੇਰੀ ਪੁਲਿਸ ਕੀ ਕਰ ਰਹੀ ਹੈ ਬਾਈ ਅੱਜ ਨਹੀਂ ਮਾਵਾਂ ਦੇ ਖੀਰ ਨੇ ਸੁਣਦੇ ਅੱਜ ਨਹੀਂ ਲੋਕਾਂ ਦੇ ਕਿਹੜੇ ਵਿਸ਼ਿਆਂ ਦੇ ਸੱਤਰ ਦੇਖਦੇ ਅੱਜ ਨੇ ਜਿਹੜੀਆਂ ਸੇਵਾ ਦੀਆਂ ਲਾਟਾਂ ਉੱਚੀਆਂ ਹੋ ਗਈਆਂ 12-15 ਨੌਜਵਾਨਾਂ ਦੀ ਐਵਰੇਜ ਆ ਰੋਜ਼ ਦੀ ਮਰਨ ਵਾਲੀ ਚੁੱਟੇ ਦੇ ਨਾਲ ਅੱਜ ਨਹੀਂ ਉਹ ਦੇਖਦੇ ਅੱਜ ਇਹ ਕਹਿੰਦਾ ਇਹ ਖੋਤੀ ਇਨਕਲਾਬੀ ਮੁੱਖ ਮੰਤਰੀ ਕਹਿੰਦਾ ਜੀ ਇੱਕ ਬੰਦੇ ਦੇ ਫੌਜੀ ਦੀਆਂ ਲੱਤਾਂ ਵੜਤੀਆਂ ਜਿੱਤੇ ਵਾਲਿਆਂ ਨੇ ਜਿਹੜੀ ਗੱਲ ਅੱਜ ਝੋਟੇ ਨਾਲ ਹੋ ਰਹੀ ਆ ਤੁਹਾਡੇ ਪਿੰਡ ਦੇ ਨੌਜਵਾਨਾਂ ਨਾਲ ਹੋ ਰਹੀ ਹੈ ਜਾਂ ਜਿਹੜੇ ਚਿੱਟੇ ਦੇ ਖਿਲਾਫ਼ ਉੱਠੇ ਹੈ ਉਹਨਾਂ ਨਾਲ ਹੋ ਰਹੀ ਹੈ ਉਹੀ ਗੱਲ ਹੋ ਰਹੀ ਹੈ ਉਸ ਸਮੇਂ ਕੌਣ ਸੀ ਕੈਪਟਨ ਉਹਨਾਂ ਨੇ ਗੁਟਕਾ ਫੜ ਕੇ ਤਾਂ ਸੌਂ ਖਾਧੀ ਸੀ ਕਿ 4 ਹਫ਼ਤੇ ਖਤਮ ਕਰ ਦਿਆਂਗੇ ਇਹਦੂ ਪਹਿਲਾਂ ਬਾਦਲ ਵੀ ਰਹੇ ਆ ਇਹ ਅੱਜ ਨਹੀਂ ਵੀ ਅੱਜ ਹੀ ਵਿਕਣ ਲੱਗਿਆ ਵਿਕਦਣਾ 20 ਸਾਲ ਦਾ ਭਰਾਵਾ 25 ਸਾਲ ਦਾ ਇਹ ਪਰ ਵੱਧ ਗਿਆ ਉਦੋਂ ਵਧਿਆ ਕਿ ਨਹੀਂ ਵਧਿਆ ਦੱਸੋ ਬਾਈ ਅੱਜ ਜਿਹੜੀ ਗੱਲ ਇਹ ਕਹਿ ਰਿਹਾ ਅੱਜ ਉਹੀ ਗੱਲ ਨੌਜਵਾਨਾਂ ਨਾਲ ਹੋ ਰਹੀ ਹੈ ਇਹਦੀ ਪੁਲਿਸ ਫੜ ਫੜ ਕੇ ਇੱਥੇ ਝੂਠੇ ਮੁਕੱਦਮੇ ਜਨਾਨੀਆਂ ਨੂੰ ਖੜੇ ਕਰਕੇ ਵੀ ਤੁਸੀਂ ਆਹ ਬਿਆਨ ਦਿਓ ਪਰਚਾ ਦੇਵਾਂਗੇ ਹੋ ਸਕਦਾ ਇਹ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ 21 ਤਰੀਕ ਨੂੰ ਇਕੱਠ ਰੱਖਿਆ ਆਪਣਾ ਇਹ ਇਕੱਲੇ ਝੋਟੇ ਲਈ ਨਹੀਂ ਇਹ ਪੰਜਾਬ ਦੇ ਉਹਨਾਂ ਹਜ਼ਾਰਾਂ ਲੱਖਾਂ ਨੌਜਵਾਨਾਂ ਲਈ ਹੈ ਉਹਨਾਂ ਨੂੰ ਬਚਾਉਣ ਲਈ ਆ ਜੇ ਅਸੀਂ ਚਾਹੁੰਦੇ ਹਾਂ ਜਿਹਦਾ ਇਹ ਚੁੱਪ ਰਹੇ ਤਾਂ ਫਿਰ ਨਾ ਝੋਟਾ ਬਾਹਰ ਨਿਕਲਿਆ ਅੱਜ ਤੇ ਨਾ ਕੱਲ੍ਹ ਮੈਨੂੰ ਲਿਖ ਕੇ ਦੇ ਦਿਓ ਜੇ ਇੱਕ ਪਾਸੇ